ਅਸਲਾਮ ਅਲੈਕੁਮ ਗਾਇਜ਼, ਵੈਲਕਮ ਆ ਸ਼ਰਮਾ ਕੋ ਰਿਐਕਸ਼ਨ ਵੀਡੀਓ ਲੈ ਕੇ ਆ ਗਏ ਜਾਮ। ਜਿਹੜੀ ਅੱਧੀ ਰਿਐਕਸ਼ਨ ਵੀਡੀਓ ਉਹਦਾ ਨਾਮ ਹੈ ਓਪੀਨੀਅਨ, ਅਤੇ ਗਾਣਾ ਜਨਾਬ ਅਲੀ ਅਰਜਨ ਢਿੱਲੋਂ ਦਾ, ਠੀਕ ਹੈ। ਉਹਨਾਂ ਦੀ ਐਕਚੁਅਲੀ EP ਆਈ ਹੈ ਕੁਛ ਕੁ ਦਿਨਾਂ ਪਹਿਲਾਂ, ਅਤੇ ਉਹਦਾ ਪਹਿਲਾ ਗਾਣਾ ਆਪਾਂ ਸੁਣ ਲਿਆ ਅੱਜ, ਅਤੇ ਜ਼ਿਆਦਾ ਵਿਊਜ਼ ਨਹੀਂ ਆਇਆ ਇਹਦਾ ਕਿਉਂਕਿ ਕੁਛ ਦਿਨ ਪਹਿਲਾਂ ਇਹ EP ਆਈ ਹੈ। ਪਰ ਮੈਨੂੰ ਪਤਾ ਇਸ ਕੋ ਨਾ ਬੀ ਆ ਹਿੱਟ, ਕਿਉਂਕਿ ਮੁੰਡਾ ਚੋਬਰ ਆ, ਇਫ ਯੂ ਨੋ ਕਾਫੀ ਐਲਬਮਸ, ਕਾਫੀ ਮੈਂ ਤਾਂ ਨਾ ਇਹ ਜਦੋਂ ਵੀ ਛੱਡਦੇ ਆ EP ਐਲਬਮ ਵੀ ਛੱਡਦੇ ਆ, ਸਿੰਗਲ ਗਾਣੇ ਬਹੁਤ ਹੀ ਘੱਟ ਕਰਦੇ ਆ। ਸੋ ਇਹ ਉਸ ਟਾਈਪ ਦੇ ਆਰਟਿਸਟ ਆ, ਮੈਂ ਛਾਏ ਪਿਆ, ਬਹੁਤ ਹੀ ਜ਼ਿਆਦਾ ਛਾ ਗਿਆ ਇਨ ਮਤਲਬ 23 ਅਤੇ 24 ਅਤੇ ਆਈ ਐਮ ਸ਼ੋਰ ਇਹਨਾਂ ਦਾ ਇਹ ਪਰ 23 ਜਿਹੜਾ ਸਾਲ ਆਇਆ ਨਾ 2023, ਉਹ ਬਿਲਕੁਲ ਮੈਨੂੰ ਪਤਾ ਅਰਜਨ ਢਿੱਲੋਂ ਦਾ ਹੀ ਹੈ, ਕਿਉਂਕਿ ਇਹਨਾਂ ਬਹੁਤ ਜ਼ਿਆਦਾ ਐਲਬਮਸ ਕੱਢੀਆਂ ਜਾਂ ਬਹੁਤ ਜ਼ਿਆਦਾ ਮਿਊਜ਼ਿਕ ਕੱਢਿਆ ਆਇਆ ਉਸ ਟਾਈਮ। ਅਤੇ ਇਹ ਚੱਲਿਆ ਜਨਾਬ ਵਾਲੀ ਸੁਣਨੇ ਆ ਇਸ ਐਲਬਮ ਦਾ ਪਹਿਲਾ ਗਾਣਾ ਜਿਹਦਾ ਨਾਮ ਹੈ ਓਪੀਨੀਅਨ, ਅਤੇ ਮਿਊਜ਼ਿਕ ਕੀਤਾ ਮਰਸੀ ਨੇ, ਜਾਂ ਕੋਈ ਗਾਣੇ ਦੀ ਵੀਡੀਓ ਨਹੀਂ ਆਈ। ਅਤੇ ਯਾ ਫਿਲਹਾਲ ਆਡੀਓ ਗਾਣੇ ਸੁਣਾਂਗੇ, 3, 2, 1 ਸਟਾਰਟ। ਫਿਲਹਾਲ ਬੰਬ I like that too. Alright, god damn, what a song man. Nice yaar, sahi gall hai. What a opening, sahi gall hai. Puri main jana opening bade bum gaane naal kiti hai CP di. Te aaya janabi wali gaana opinion. ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆ, ਅਸੀਂ ਇਹ ਕਰਨੇ ਹਾਂ, ਉਹ ਕਰਨੇ ਹਾਂ, ਅਸੀਂ ਤਾਂ ਆਪਣੇ ਕੰਮ ਹੀ ਕਰ ਰਹੇ ਹਾਂ, ਠੀਕ ਹੈ, ਜੋ ਅਸੀਂ ਕਰਨੇ ਹਾਂ ਨਾਰਮਲ 'ਚ ਕਰਨੇ ਹਾਂ ਜਾਂ ਆਪਣੇ ਵੱਲੋਂ ਚੰਗਾ ਹੀ ਕਰਨੇ ਹਾਂ, ਪਰ ਲੋਕ ਐਵੇਂ ਸਾਨੂੰ ਮਾੜਾ ਦੱਸੀ ਜਾਂਦੇ ਆ।
ਤੇ ਵਾਹ ਵਟ ਅ ਸੌਂਗ, ਵਟ ਆ ਲਿਰਿਕਸ ਆਫ ਦਿਸ ਸੌਂਗ ਮੈਨ, ਕਮਾਲ ਲਿਰਿਕਸ ਆਏ ਬਾਈ ਅਰਜਨ ਢਿੱਲੋਂ, ਬੜਾ ਕਮਾਲ ਦਾ ਗਾਣਾ, ਬੜਾ ਬੰਬ ਗਾਣਾ, ਦੈਟ ਮਿਊਜ਼ਿਕ ਬਾਈ ਮਰਸੀ, ਅਤੇ ਮੈਨੂੰ ਲੱਗਦਾ ਇਹ ਤੰਗ ਨਹੀਂ ਆ ਰਹੇ ਅਰਜਨ ਢਿੱਲੋਂ ਮਰਸੀ ਦੇ ਮਿਊਜ਼ਿਕ ਨਾਲੋਂ, ਕਿਉਂਕਿ ਬਹੁਤ ਹੀ ਜ਼ਿਆਦਾ ਮਿਊਜ਼ਿਕ ਕੀਤਾ ਮਰਸੀ ਨੇ ਅਰਜਨ ਢਿੱਲੋਂ ਦੇ ਲਈ, ਅਤੇ ਉਹਨਾਂ ਦੇ ਮੈਂ ਨਾ ਫੁੱਲ ਔਨ ਪ੍ਰੋਡਿਊਸਰ ਆ ਮਰਸੀ ਅਰਜਨ ਢਿੱਲੋਂ ਦੇ, ਸੋ ਮੈਂ ਨਾ ਕਮਾਲ ਦਾ ਗਾਣਾ, ਕਮਾਲ ਦਾ ਸ਼ੁਰੂਆਤ ਕੀਤੀ ਗਈ ਹੈ ਮੈਨੀਫੈਸਟ ਈ ਪੀ ਦੀ, ਅਤੇ ਯਾ ਜਨਾਬ ਇਹ ਈ ਪੀ ਅਜੇ ਪੂਰੀ ਤਾਂ ਓਬਵੀਅਸਲੀ ਸੁਣੀ ਨਹੀਂ, ਇਹ ਪਹਿਲਾ ਗਾਣਾ ਬਾਈ ਦਵੇ ਓਪੀਨੀਅਨ, ਅਤੇ ਯਾ ਅੱਗੇ ਵੀ ਸੁਣਾਂਗੇ ਇਸ ਗਾਣੇ 'ਤੇ ਬਾਈ ਦਵੇ। ਫਿਲਹਾਲ ਇਸ ਟਾਈਮ ਆ ਗਿਆ 3.5 ਲੱਖ ਵਿਊਜ਼, ਨੋਟ ਬੈਡ, ਆਡੀਓ ਗਾਣਾ ਹੋ ਕੇ ਠੀਕ ਹੈ, ਅਤੇ 3.5 ਲੱਖ ਵਿਊ ਆ ਜਾਣੇ, ਮੈਂ ਨਾ ਕਿਆ ਬਾਤ ਹੈ, ਮੈਂ ਮਤਲਬ ਇਹਦਾ ਮਤਲਬ ਹਿੱਟ ਗਾਣਾ ਜਾਊਗਾ, ਅਤੇ ਆਮ ਸ਼ੋਰ ਕੀ ਪਤਾ ਇਹਦੀ ਵੀਡੀਓ ਵੀ ਆਊ, ਸੋ ਯਾ ਫਿਲਹਾਲ ਆਪਾਂ ਆਡੀਓ ਗਾਣਾ ਸੁਣ ਰਹੇ ਹਾਂ। ਤੁਹਾਨੂੰ ਗਾਣਾ ਪਸੰਦ ਆਇਆ ਓਪੀਨੀਅਨ, ਮੈਨੂੰ ਬੰਬ ਲੱਗਿਆ, ਸਹੀ ਗੱਲ ਹੈ, ਮੈਂ ਨਹੀਂ ਆਉਂਦਾ ਪਿਆ ਕਿ ਅਰਜਨ ਢਿੱਲੋਂ ਦਾ ਗਾਣਾ ਜਾਂ ਪਹਿਲਾ ਗਾਣਾ ਤਾਂ ਕਰਕੇ, ਬਟ ਮਤਲਬ ਉਹ ਕੀ ਆਖੀਦਾ ਹੈ, ਉਹ ਕੰਪੋਜੀਸ਼ਨ, ਉਹ ਕੋਰਸ ਠੀਕ ਹੈ, ਦੈਟ ਮਿਊਜ਼ਿਕ, ਦੈਟ ਬੀਟ, ਅਤੇ ਸਪੈਸ਼ਲੀ ਜਿਹੜਾ ਬੈਕਗਰਾਉਂਡ 'ਚ ਆਹ ਜਿਹਾ ਚੱਲ ਰਿਹਾ ਹੈ ਨਾ, ਉਹ ਵੀ ਕਾਫੀ ਅੱਛਾ ਆਇਆ, ਟੱਚ ਜਿਹਾ ਆਇਆ ਮੈਂ ਮਰਸੀ ਦੇ ਵੱਲੋਂ, ਸੋ ਦੈਟ ਵਾਸ ਨਾਈਸ, ਅਤੇ ਯਾ ਓਵਰਆਲ ਫਿਲਹਾਲ ਅੱਛਾ ਗਾਣਾ, ਲਿਰਿਕਸ ਅਰਜਨ ਢਿੱਲੋਂ ਦੇ ਬੰਬ ਹੁੰਦੇ ਆ ਯਾਰ ਐਜ਼ ਆਲਵੇਜ਼, ਅਤੇ ਯਾ ਅੱਗੇ ਵੇਖਦੇ ਹਾਂ, ਅੱਗੇ ਤਕਰੀਬਨ ਪੂਰੀ ਪੀ ਦੇ ਵਿੱਚ 6 ਗਾਣੇ ਆ, ਅਤੇ ਅਗਲੇ 5 ਵੇਖਦੇ ਹਾਂ ਕੈਸੇ ਹੋਣ ਵਾਲੇ ਆ, ਇੰਜ ਦੇ ਹੀ ਹੋਣ ਵਾਲੇ ਆ, ਰੋਮੈਂਟਿਕ ਵੀ ਆਉਣ ਦੇ ਵਿੱਚ ਜਾਂ ਐਸੇ ਹੀ ਚੱਲੀ ਜਾਣ ਦੇ ਜੱਟਾਂ ਵਾਲੇ, ਯੂ ਨੋ ਯੂ ਗੈਟ ਵਟ ਆਈ ਮੀਨ, ਅਤੇ ਯਾ ਆਈ ਹੋਪ ਤੁਹਾਨੂੰ ਗਾਣਾ ਪਸੰਦ ਆਇਆ ਹੋਣਾ, ਓਪੀਨੀਅਨ ਗਾਣਾ ਪਸੰਦ ਆਇਆ, ਵੀਡੀਓ ਪਸੰਦ ਆਈ, ਜ਼ਰੂਰ ਵੀਡੀਓ ਨੂੰ ਲਾਈਕ ਕਰਿਓ, ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ, ਕਮੈਂਟ ਦੇ ਵਿੱਚ ਤੁਹਾਡੀ ਕੋਈ ਰਿਕਮੈਂਡੇਸ਼ਨ ਹੋਈ, ਕੋਈ ਹੋਰ ਗੱਲਬਾਤ ਹੋਈ ਜ਼ਰੂਰ ਦੱਸਿਓ, ਤੁਸੀਂ ਮੈਨੂੰ ਸੋਸ਼ਲ ਮੀਡੀਆ 'ਤੇ ਫੋਲੋ ਕਰ ਸਕਦੇ ਹੋ, ਸਾਰੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਨੇ, ਸਾਈਟ 'ਤੇ ਵੀ ਆ ਰਹੇ ਹੋਣੇ ਨੇ, ਮੈਂ ਤੁਹਾਨੂੰ ਵੇਖਾਂਗਾ ਅਗਲੀ ਵੀਡੀਓ ਦੇ ਵਿੱਚ, ਅੰਟਿਲ ਦੈਨ ਅਸਲਾਮ ਅਲੈਕੁਮ।